ਤੁਰ ਗਿਆ ਦੇਖ ਕੇ ਗਮ ਦਾ ਭਾਰ ਤੁਰ ਗਿਆ ਜਗ ਤੋਂ ਇੱਕ ਫਨਕਾਰ ਤੁਰ ਗਿਆ ਦੇਖ ਕੇ ਗਮ ਦਾ ਭਾਰ ਤੁਰ ਗਿਆ ਵੱਡ ਵੱਡ ਖਾਵੇ ਸਕਦੀ ਬਾਬੇ ਸਾਬਰ ਕੋਟੀ ਨੂੰ ਕਦੇ ਵੀ ਦੁਨੀਆ ਭੁੱਲ ਨਹੀਂ ਸਕਦੀ ਬਾਬੇ ਸਾਬਰ ਕੋਟੀ ਨੂੰ ਮੇਰੇ ਨਾਲ
ਬਹੁਤ ਪਿਆਰ ਸੀ ਇਸ ਭਰਾ ਦਾ, ਕਿਉਂਕਿ ਉਹਨੂੰ ਚਲੋ ਮੇਰਾ ਗਾਣਾ ਤਾਂ ਕੀ ਪਸੰਦ ਆਉਣਾ, ਕਿਉਂਕਿ ਤੇ ਆਪ ਫਨਕਾਰ ਉਸਤਾਦ ਹੁੰਦਾ ਸੀ, ਅਤੇ ਉਹਨੂੰ ਮੇਰੀ ਸ਼ਾਇਰੀ ਬਹੁਤ ਪਸੰਦ ਸੀ, ਮੈਂ ਜੋ ਲਿਖਦਾ ਸੀ। ਅਤੇ ਭਾਅ ਜੀ ਨੇ ਕਈ ਵਾਰ ਕਹਿਣਾ ਕਿ ਮੈਂ ਆ ਰਿਹਾ ਸਰਦਾਰ, ਅਤੇ ਕੁਛ ਨਵਾਂ ਕੁਛ ਲਿਖ ਕੇ ਰੱਖ, ਪਰ ਆਇਆ ਕਦੇ ਵੀ ਨਹੀਂ, ਆਏ ਕਦੇ ਉਹਨਾਂ ਨੇ ਫੋਨ ਕਰਨਾ ਕਹਿਣਾ ਕਿ ਮੈਂ ਗਾਣੇ ਲੈਣ ਆ ਰਿਹਾ, ਮੈਂ ਤਿਆਰੀ ਵੀ ਕਰ ਲੈਣੀ। ਅਤੇ ਫਿਰ ਕੋਈ ਐਸੇ ਰੁਝੇਵੇਂ, ਉਹ ਵਰਲਡ ਫੇਮਸ ਆਰਟਿਸਟ ਸੀ, ਅੱਲਾ ਨੂੰ ਇਸੇ ਤਰ੍ਹਾਂ ਸਾਡੇ ਦਿਲਾਂ ਦੇ ਵਿੱਚ ਜ਼ਿੰਦਾ ਰੱਖਿਆ। ਜੰਗਲ ਮਾਛੀ ਵਾਲੇ ਲਓ ਜੀ, ਬੰਗਾ ਸਾਹਿਬ ਕਹਿ ਰਿਹਾ ਦੁੱਖ ਟੁੱਟਣ ਬਿਮਾਰਾਂ ਦੇ ਦੋ ਪੱਤਰ ਅਨਾਰਾਂ ਦੇ ਸਾਡੀ ਗਲੀ ਲੰਘ ਮਾਇਆ ਦੁੱਖ ਟੁੱਟਣ ਬਿਮਾਰਾਂ ਦੇ ਕਸਮ ਰੱਬ ਦੀ ਨਾ ਰਹਿ ਪਾਵਾਂ ਕਸਮ ਰੱਬ ਦੀ ਨਾ ਰਹਿ ਪਾਵਾਂ ਤੇਰੇ ਦੀਦਾਰ ਤੋਂ ਬਿਨਾ ਕਸਮ ਰੱਬ ਦੀ ਨਾ ਰਹਿ ਪਾਵਾਂ ਤੇਰੇ ਦੀਦਾਰ ਤੋਂ ਬਿਨਾ ਕਸਮ ਰੱਬ ਦੀ ਨਾ ਰਹਿ ਪਾਵਾਂ ਤੇਰੇ ਦੀਦਾਰ ਤੋਂ ਬਿਨਾ ਸਾਡੇ ਗਾਣੇ 'ਚ ਮਿਊਜ਼ਿਕ ਨਹੀਂ ਹੁੰਦਾ, ਲਗਾਤਾਰ ਹੀ ਹੁੰਦਾ ਕੰਮ, ਇਸ ਕਰਕੇ ਲਾਲ ਸਾਂਦਰਾ ਕਹਿ ਰਿਹਾ ਹੋਰ ਵੀ ਕਲਾਕਾਰਾਂ ਨੇ ਸਾਰਿਆਂ ਨੇ ਹਾਸਿਆਂ ਲਵਾਉਣੀਆਂ। ਸਿਰ ਦਾ ਜਾ ਬਣਾ ਲੈ ਭਾਵੇਂ ਜੋੜਾ ਪੈਰਾਂ ਦਾ ਸਿਰ ਦਾ
ਕਸਮ ਰੱਬ ਦੀ ਨਾ ਰਹਿ ਪਾਵਾਂ ਰੱਬ ਦੀ ਨਾ ਰਹਿ ਪਾਵਾਂ
ਕਸਮ ਰੱਬ ਦੀ ਨਾ ਰਹਿ ਪਾਵਾਂ।